ਸਾੜੀ ਤਾਹੂ ਨੰਬਰਦਾਰਾ ਦੀ ਖੈਰ ਨਹੀਂ ਸਰਕਾਰ ਨੇ ਇਹ ਨਵਾਂ ਫਾਰਮੂਲਾ ਕੱਢਿਆ ਜਿਸ ਪਿੰਡ ਤੋਂ ਪਰਾਲੀ ਦਾ ਧੂਆਂ ਉੱਠਿਆ ਉਸ ਪਿੰਡ ਦੇ ਨੰਬਰਦਾਰ ਦੀ ਖੈਰ ਨਹੀਂ ਕਾਰਵਾਈ ਉਹਨਾਂ ਤੇ ਕੀਤੀ ਜਾਣੀ ਹੈ ਪਰਾਲੀ ਤੋਂ ਪ੍ਰਦੂਸ਼ਣ ਜਿਹੜਾ ਫੈਲਦਾ ਉਸ ਨੂੰ ਰੋਕਣ ਲਈ ਪਰਾਲੀ ਨੂੰ ਸਾੜਨ ਲਈ ਸਰਕਾਰ ਵੱਲੋਂ ਇਹ ਨਵਾਂ ਕਦਮ ਚੱਕਿਆ ਗਿਆ ਸਰਕਾਰ ਨੇ ਨਵਾਂ ਫਾਰਮੂਲਾ ਪਨਾਇਆ ਕਿ ਜੇਕਰ ਪਰਾਲੀ ਦਾ ਧੂਆਂ ਉੱਠਿਆ ਤਾਂ ਨੰਬਰਦਾਰਾ ਦੀ ਖੈਰ ਨਹੀਂ ਮੁਖਸਤੱਰ ਵੱਲੋਂ ਨਵਾਂ ਫਾਰਮੂਲਾ ਜਾਰੀ ਕੀਤਾ ਗਿਆ ਦੇਸ਼ ਜਾਰੀ ਕਰ ਦਿੱਤੇ ਗਏ ਨੇ ਨੰਬਰਦਾਰਾ ਤੇ ਕਾਰਵਾਈ ਕੀਤੀ ਜਾਏਗੀ ਤਾਂ ਉਹਨਾਂ ਨੂੰ ਕਿਹਾ ਕਿ ਪਿੰਡ ਦੇ ਕਿਸਾਨਾਂ ਦੇ ਨਾਲ ਉਹ ਗੱਲਬਾਤ ਕਰਨ ਉਹਨਾਂ ਨੂੰ ਸਮਝਾਇਆ ਜਾਏ ਅਵੇਅਰ ਕੀਤਾ ਜਾਏ ਕਿ ਆਖਰ ਪਰਾਲੀ ਸਾੜਨ ਦੇ ਕੀ ਨੁਕਸਾਨ ਹੋ ਸਕਦੇ ਨੇ ਤਾਂ ਉਸਤੇ ਕੰਮ ਕੀਤਾ ਜਾਏ ਨੰਬਰਦਾਰ ਪਿੰਡ ਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਔਰ ਪਰਾਲੀ ਨਾ ਸਾੜੀ ਜਾਏ ਅਜੇ ਹੀ ਅਵੇਅਰਨੈਸ ਉਹਨਾਂ ਦੇ ਵਿੱਚਕਾਰ ਫੈਲਾਈ ਜਾਏ ਤਾਂ ਉਹ ਨੰਬਰਦਾਰਾ ਤੇ ਸਵਾਲ ਉੱਠੇਗਾ ਜਵਾਬਦੇਹੀ ਨੰਬਰਦਾਰਾ ਦੀ ਬਣੇਗੀ ਮੁਖਸਕੱਤਰ ਨੇ ਇਹ ਹੁਕਮ ਜਾਰੀ ਕੀਤੇ ਨੇ ਸਰਕਾਰੀ ਫਾਰਮੂਲਾ ਪ੍ਰਾਲੀ ਦਾ ਧੂਆ ਉੱਠਿਆ ਤਾਂ ਨੰਬਰਦਾਰਾ ਦੀ ਖੈਰ ਨਹੀਂ ਮੁਖਸਕੱਤਰ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਫੀਲਡ 'ਚ ਪੱਤੇ ਸਕੱਤਰਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਔਰ ਇਹ ਹਦਾਇਤਾਂ ਜਾਰੀ ਹੋਈਆਂ ਨੇ ਕਿਹਾ ਗਿਆ ਹੈ ਕਿ ਪੰਜਾਬ ਦੇ ਚ ਸਪਿੰਡ 'ਚੋਂ ਪ੍ਰਾਲੀ ਦਾ ਧੂਆ ਉੱਠੇਗਾ ਉਸ ਪਿੰਡ ਦੇ ਨੰਬਰਦਾਰ ਨੂੰ ਸਰਕਾਰੀ ਕੱਚੀ ਅਰੀ ਦੇ ਵਿੱਚ ਖੜਾ ਕੀਤਾ ਜਾਏਗਾ ਪੰਜਾਬ ਸਰਕਾਰ ਨੇ ਇਹ ਨਵਾਂ ਕਦਮ ਚੱਕਿਆ ਹੈ ਪਰਾਲੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਇਹ ਨਵਾਂ ਫਾਰਮੂਲਾ ਕੱਢਿਆ ਗਿਆ ਜਦੋਂ ਹੁਣ ਝੋਨੇ ਦੀ ਬਾੜੀ ਆਖਰੀ ਪੜਾ ਤੇ ਪਹੁੰਚ ਗਈ ਹੈ ਤਾਂ ਸਰਕਾਰ ਨੇ ਪਰਾਲੀ ਪ੍ਰਦੂਸ਼ਣ ਰੋਕਣ ਲਈ ਜ਼ਿੰਮੇਵਾਰੀ ਨੰਬਰਦਾਰਾ ਦੇ ਸਿਰ ਪਾ ਦਿੱਤੀ ਹੈ ਪੰਜਾਬ ਦੀ ਅਫਸਰ ਸ਼ਾਈ ਦੇ مشورے ਤੇ ਮੁਖ ਸਕੱਤਰ ਵਿਜੇ ਕੁਮਾਰ ਜੰਝੂਆ ਨੇ ਮੀਟਿੰਗ ਕੀਤੀ ਹੈ ਔਰ ਨਵੀਂ ਹਿਦਾਇਤ ਜਾਰੀ ਕੀਤੀ ਹੈ ਮੀਟਿੰਗ ਵਿੱਚ ਪਰਾਲੀ ਨੂੰ ਅਗ ਲੌਂਡ ਲਿਕਟਨਾਵਾ ਰੋਕਣ ਲਈ ਨੰਬਰਦਾਰਾ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਹਦਾਇਤ ਵੀ ਦੇ ਦਿੱਤੀ ਹੈ ਆਪਣੇ ਪਿੰਡਾਂ ਦੇ ਵਿੱਚ ਨੰਬਰਦਾਰ ਜਾਣ ਕਿਸਾਨਾਂ ਨਾਲ ਗੱਲ ਕਰਨ ਪਰਾਲੀ ਨਾਲ ਸਾੜਨ ਲਈ ਜਾਗਰੂਕ ਕੀਤਾ ਜਾਏ ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜਿੰਨਾ ਪਿੰਡ ਦੇ ਵਿੱਚੋਂ ਅਗ ਲਾਰਡ ਦੇ ਮਾਮਲੇ ਸਾਹਮਣੇ ਆਉਣਗੇ ਉੱਥੋਂ ਦੇ ਨੰਬਰਦਾਰਾ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਜੱਜਨੂਆ ਨੇ ਪ੍ਰਾਲੀ ਸਾੜਨ ਵਾਲੇ ਸੰਭਾਵਿਤ ਖੇਤਰਾ 'ਚ ਅੱਜੀਆਂ ਘਟਨਾਵਾਂ ਨੂੰ ਰੋਕਣ ਲਈ ਹਦਾਇਤਾਂ ਜਾਰੀ ਕੀਤੀਆਂ ਨੇ ਪਹਿਲੀ ਮੀਟਿੰਗ ਵਿੱਚ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਦੀ ਮਾਲ ਰਿਕਾਰਡ ਦੇ ਵਿੱਚ ਰੈੱਡ ਐਂਟਰੀ ਪਾਉਣ ਦੀ ਗੱਲ ਕੀਤੀ ਸੀ ਜਿਸ ਦਾ ਵਿਰੋਧ ਕਿਸਾਨਾਂ ਨੇ ਕੀਤਾ ਸੀ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਸੀ ਤਾਂ ਦੇਖਣ ਵਾਲੀ ਗੱਲ ਹੈ ਕਿ ਪਿੰਡਾਂ ਦੇ ਨੰਬਰਦਾਰ ਪ੍ਰਦੂਸ਼ਣ ਘਟਾਉਣ ਦੇ ਵਿੱਚ ਕਿੰਨਾ ਯੋਗਦਾਨ ਪਾਉਂਦੇ ਨੇ ਕਿੰਨੇ ਇੱਕ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਗੱਲਬਾਤ ਹੁੰਦੀ ਔਰ ਉਹਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਪੈਲੀ ਸਾੜਨ ਦੇ ਮਾਮਲੇ ਪੰਜਾਬ ਦੇ ਪਿੰਡਾਂ 'ਚੋਂ ਵਾਕਈ ਘਟਣ ਗਈਆਂ ਨਹੀਂ ਆਉਣ ਵਾਲਾ ਸਮਾ ਦੱਸੇਗਾ ਤਾਂ ਮੁਖਸ ਇਕਤਰ ਨੇ ਵਕ ਵਕ ਪਿੰਡਾਂ ਦਾ ਦੌਰਾ ਕੀਤਾ ਔਰ ਸਕਤਰਾਂ ਨੂੰ ਹੁਣ ਪਰਾਲੀ ਸਨਸਾਰਨ ਦੀਆਂ ਘਟਨਾਵਾਂ ਬਾਰੇ ਜਾਇਜ਼ਾ ਲੈਂਡ ਬਾਰੇ ਖਿਆਲ ਸੀ ਔਰ ਉਸ ਤੋਂ ਬਾਅਦ ਇੱਕ ਮੀਟਿੰਗ ਹੁੰਦੀ ਹੈ ਜਿਸ ਤੋਂ ਬਾਅਦ ਪਰਾਲੀ ਸਾਰਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਤਵੱਜੋ ਦਿੱਤੀ ਜਾਵੇ ਇਸ ਤੇ ਕੰਮ ਕੀਤਾ ਜਾਏ ਮੁੱਖ ਤੌਰ ਤੇ ਪ੍ਰਾਇੋਰਟੀ ਤੇ ਇਸ ਤੇ ਕੰਮ ਹੋਏ ਇਸ ਕਰਕੇ ਨੰਬਰਦਾਰਾ ਦੀ ਜਵਾਬਦੇਹੀ ਤੈਅ ਕੀਤੀ ਹੈ ਤਾਂ ਹੁਣ ਹੋ ਸਕਦਾ ਹੈ ਕਿ ਹੌਣ ਵਾਲੇ ਸਮੇਂ ਦੇ ਵਿੱਚ ਹਵਾ ਦੇ ਵਿੱਚ ਜੋ ਪ੍ਰਦੂਸ਼ਣ ਫੈਲਦਾ ਹੈ ਪਰਾਲੀ ਦੇ ਸਾਰਨ ਕਰਕੇ ਉਸ ਦੇ ਵਿੱਚ ਵੀ ਕੁਝ ਘਟਾ ਹੁੰਦਾ ਨਜ਼ਰ ਆਏ ਕਿਉਂਕਿ ਹੁਣ ਨੰਬਰਦਾਰ ਦੀ ਜਵਾਬਦੇਹੀ ਹੋਏਗੀ ਜੇਕਰ ਪੰਜਾਬ ਦੇ ਕਿਸੇ ਵੀ ਪਿੰਡ ਚੋਂ ਪਰਾਲੀ ਦਾ ਧੂਆ ਉੱਠੇਗਾ ਤਾਂ ਇਸ ਲਈ ਨੰਬਰਦਾਰ ਦੀ ਜਵਾਬਦੇਹੀ ਤੈ ਕੀਤੀ ਗਈ ਹੈ